ਬੋਤਲ ਅਤੇ ਟਿਊਬਲਾਈਟ ਦਾ ਗੋਤਾਖੋਰ। ਸਮੱਗਰੀ ਵੱਡੀ ਖਾਲੀ ਪਲਾਸਟਿਕ ਦੀ ਬੋਤਲ, ਕੈਂਚੀ, ਰਬੜ ਬੈਂਡ, ਨੱਟ, ਉੱਨ, ਸੈਲੋ ਟੇਪ, ਛੋਟਾ ਡਰੋਪਰ। ਛੋਟੇ ਡਰੋਪਰ ਉੱਪਰ ਵੱਖ ਵੱਖ ਰੰਗ ਦੀਆਂ ਸੈਲੋ ਟੇਪ ਲਗਾ ਕੇ ਸਜਾਓ। ਹੁਣ ਸਟੀਲ ਨੱਟ ਨੂੰ ਡਰੋਪਰ ਦੇ ਮੂੰਹ ਕੋਲ ਉੱਨ ਨਾਲ ਬੰਨੋ। ਇਸ ਨਾਲ ਡਰੋਪਰ ਭਾਰਾ ਹੋ ਜਾਵੇਗਾ। ਹੁਣ ਡਰੋਪਰ ਨੂੰ ਪਾਣੀ ਨਾਲ ਭਰੋ ਅਤੇ ਪਾਣੀ ਵਿੱਚ ਰੱਖ ਕੇ ਦੇਖੋ। ਜੇ ਇਹ ਡੁੱਬ ਜਾਵੇ ਤਾਂ ਠੀਕ ਨਹੀਂ ਹੈ। ਪਾਣੀ ਦੀਆਂ ਕੁਝ ਬੂੰਦਾਂ ਬਾਹਰ ਕੱਢੋ, ਫਿਰ ਇਸ ਨੂੰ ਪਾਣੀ ਵਿੱਚ ਰੱਖੋ। ਜੇਕਰ ਇਹ ਤੈਰਦਾ ਹੈ ਤਾਂ ਇਹ ਠੀਕ ਹੈ। ਤੁਹਾਨੂੰ ਉਨਾ ਕੁ ਪਾਣੀ ਡਰੋਪਰ ਵਿੱਚ ਰੱਖਣਾ ਪਵੇਗਾ ਜਿਸ ਨਾਲ ਇਹ ਤੈਰਦਾ ਰਹੇ। ਹੁਣ ਇਸ ਡਰੋਪਰ ਨੂੰ ਪਾਣੀ ਦੀ ਭਰੀ ਬੋਤਲ ਵਿੱਚ ਰੱਖ ਦਿਓ ਅਤੇ ਕੱਸ ਕੇ ਢੱਕਣ ਬੰਦ ਕਰ ਦਿਓ। ਇੱਕ ਹੱਥ ਨਾਲ ਬੋਤਲ ਫੜ ਕੇ ਦੂਜੇ ਹੱਥ ਨਾਲ ਦਬਾਓ। ਤੁਹਾਨੂੰ ਗੋਤਾ ਖੋਰ ਹੇਠਾਂ ਗੋਤਾ ਲਾਵੇਗਾ। ਦਬਾਓ ਹਟਾਉਣ 'ਤੇ ਇਹ ਉੱਪਰ ਆ ਜਾਵੇਗਾ। ਤੁਸੀਂ ਦਬਾਓ ਨੂੰ ਇੰਨਾ ਕੁ ਵਧਾਓ ਕਿ ਗੋਤਾਖੋਰ ਮੱਧ ਵਿੱਚ ਖੜ੍ਹਾ ਹੋ ਜਾਵੇ। ਬੋਤਲ 'ਤੇ ਦਬਾਓ ਵਧਾਉਣ ਨਾਲ ਇਹ ਹੇਠਲੇ ਤਲ 'ਤੇ ਆ ਜਾਂਦਾ ਹੈ ਅਤੇ ਡਰੋਪਰ ਵਿੱਚ ਪਾਣੀ ਵੱਧ ਜਾਂਦਾ ਹੈ। ਦਬਾਓ ਹਟਾਉਣ 'ਤੇ ਇਹ ਉੱਪਰ ਵੱਲ ਚਲਾ ਜਾਂਦਾ ਹੈ। ਇੱਕ ਪੁਰਾਣੀ ਟਿਊਬ ਲਾਈਟ ਵਿੱਚ ਪਾਣੀ ਭਰ ਕੇ ਉਸ ਵਿੱਚ ਇਹ ਗੋਤਾਖੋਰ ਤੈਰਾ ਸਕਦੇ ਹੋ। ਇਸ ਦੇ ਇੱਕ ਪਾਸੇ ਰਬੜ ਬਲਬ ਅਤੇ ਦੂਜੇ ਪਾਸੇ ਸੀਡੀ ਦਾ ਡੱਬਾ ਲਗਾ ਕੇ ਟਿਊਬ ਲਾਈਟ ਦਾ ਗੋਤਾਖੋਰ ਬਣਾਇਆ ਜਾ ਸਕਦਾ ਹੈ।